ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270-1987। ਸਤਿ ਸ਼੍ਰੀ ਅਕਾਲ ਬਾਈ, ਨਾਮ ਐਡਰੈਸ ਦੱਸੋ ਜੀ ਆਪਣਾ। ਠੀਕ ਹੈ, ਜ਼ਿਲ੍ਹਾ ਪੈਗਾ ਮੋਗਾ। ਮੋਬਾਈਲ ਨੰਬਰ ਆਪਣਾ ਜੀ 98143-8851। ਪਹਿਲਾ ਨੰਬਰ ਜਿਹੜੀ ਵੈਟ ਦੇਖੀ ਹੈ ਨਾ, ਸੂਆ ਕਿਹੜਾ ਸੁਣਦੀ ਹੈ? ਇਹਨੇ ਜੀ ਮਾਲਕਾਂ ਨੇ ਨਾ ਕਿਹਾ ਦੂਜੇ ਹੋਵੇ, ਠੀਕ ਹੈ, ਆਪਾਂ ਤੀਜਾ ਮੰਨ ਲਓ ਜਾਂ ਦੂਜਾ ਮੰਨ ਲਓ, ਤੀਜਾ ਮੰਨ ਕੇ ਲੈ ਜੇ ਬੰਦਾ, ਤੀਜਾ ਮੰਨ ਕੇ ਲੈ ਜੇ। ਬਾਕੀ ਦੋ ਕਹਿੰਦੇ ਵੀ 24-25 ਕਿਲੋ ਸਾਡਾ ਚੋਇਆ ਪਿਆ, ਠੀਕ ਹੈ, ਅਤੇ ਆਪਾਂ ਤਾਂ ਇਹ ਕਹਿੰਦੇ ਵੀ ਗਰਮੀ ਹੈ, ਜੇ 20 ਕਿਲੋ ਦੇ ਦੇਵੇ ਬਹੁਤ ਆ, ਬਾਕੀ ਸੇਵਾ ਦੇ ਨਾਲ 25 ਵੀ ਦੇ ਸਕਦੀ। 20 ਕਿਲੋ ਮੰਨ ਕੇ ਲੈ ਜੇ ਬੰਦਾ, ਸੇਵਾ ਜਿਵੇਂ ਮੰਨ ਲਓ ਵੀ ਹੁਣ ਇਹਨੂੰ 4 ਕਿਲੋ ਇੱਕ ਡੰਨ ਦਾ ਵੰਡਾ ਪਿਆ, ਠੀਕ ਹੈ, ਇੱਕ ਟਾਈਮ ਦਾ, ਤੇ 20 ਕਿਲੋ ਇਹਨੇ ਦੇਣਾ ਹੀ ਦੇਣਾ, 20-22 ਕਿਲੋ। ਜੈ ਗੱਲ। ਤੇ ਜੇ ਕਿਲੋ ਦੇ ਜਾ ਕੇ ਉਹ ਦਾਣਾ ਵਿੱਚੋਂ ਭਾਲ ਦੀ ਰਹੀ ਤੂੜੀ ਤੋਂ, ਫੇਰ ਨਹੀਂ ਦੇਣਾ, ਠੀਕ ਹੈ। ਹਾਂਜੀ, ਤੇ ਭਾਅ ਦਾ ਕੀ ਰਹੂਗਾ ਜੀ? ਭਾਅ ਦਾ ਨਾ ਭਾਵੇਂ 85,000 ਮੰਗ ਲਓ, 80 ਮੰਗ ਲਓ, 70,000 ਦੀ ਆਪਾਂ ਦੇਣੀ ਆ ਆਪਣਾ ਮਾਨ ਤਾਨ ਹੋਜੂਗਾ, ਮਾਨ ਤਾਨ ਕਰ ਦਿਆਂਗੇ। ਜਿਵੇਂ 100 ਕਿਲੋਮੀਟਰ ਤੋਂ ਆਇਆ ਉਹਨੂੰ ਆਪਾਂ ਖੁੱਲੀ ਛੋੜ ਦੇਣੇ। ਜੈ ਜੈ ਗੱਲ। ਧੋਰੇ ਬਾਹਰ ਨੂੰ ਤੇ ਦਿਨ ਸਹੀ, ਹਫ਼ਤਾ ਬਾਕੀ ਹੈ ਨਾ? ਹਾਂਜੀ, ਦਿਨ ਇਹਦਾ ਹਫ਼ਤਾ ਬਾਕੀ ਹੈ, ਤੇ ਬਾਕੀ 2 ਦਿਨ ਵੱਧ ਵੀ ਲੈ ਸਕਦੀ ਹੈ, ਘੱਟ ਵੀ ਲੈ, ਉਨੇ ਦੇ 1-2 ਦਿਨ ਪਹਿਲਾਂ ਵੀ। ਸੋ ਗੱਡੀ ਗੁੱਡੀ ਚੜ੍ਹਨਾ ਹੋ ਜਾਂਦਾ। ਸੋ ਪਹਿਲੇ ਨੰਬਰ 'ਤੇ ਬੈਠ, ਤੀਜਾ ਸੂਆ ਸੁਣਦੀ ਪਈ ਹੈ, 70,000 ਰੁਪਇਆ ਰੇਟ ਆ, ਲੇਵਾ ਅੱਗੇ ਪਿੱਛੇ ਦਾ ਸੋਹਣਾ ਸਾਫ਼ ਸੁਥਰਾ ਫਿਟਿੰਗ ਵਾਲਾ, ਅਤੇ 70,000 ਦੇ ਵਿੱਚ ਛੋਟ ਸੱਪਾ ਹੋ ਜੂਗਾ। ਸੂਣ 'ਚ ਹਫ਼ਤਾ ਬਾਕੀ ਆ, ਦੁੱਧ 20 ਲੀਟਰ ਮੰਨ ਕੇ ਲੈ ਲਿਓ, ਚੰਗੀ ਕੇਅਰ ਹੋਈ ਤਾਂ ਭਾਰ ਵੀ ਚੋ ਸਕਦੇ ਹਾਂ, ਪਰ 20 ਕਿਲੋ ਦੇ ਆਸ ਪਾਸ ਵਾਲੀ ਬੈੜ ਆਰਾਮ ਨਾਲ ਹੈਗੀ ਆ। ਕੱਦ ਕਾਠ ਚੰਗਾ, ਬੇਲ ਬਹੁਤ ਜ਼ਿਆਦਾ ਚੰਗੀ ਆ, ਅਤੇ ਬਾਕੀ ਮਿਲਕ ਵੇਨ ਵਗੈਰਾ ਦੇਖੋ, ਸੋਹਣੀ ਸਾਫ਼ ਸੁਥਰੀ ਵੇਲ ਤਾਂ ਤੂੰ ਆਪ ਹੀ ਵੇਖ ਲਾ ਬਾਈ, 60 ਗਿਆ ਟਰੈਕਟਰ ਜਿੱਡੀ ਵੇਲ ਹੈ, ਨਹੀਂ ਹੈਗਾ, ਲੰਬੀ ਬਹੁਤ ਪਈ ਆ। ਸੋ ਪੂਰੀ ਚੰਗੀ ਸਾਫ਼ ਸੁਥਰੀ ਰਾਜੀ ਸਮੀ ਬੜੀ ਵੀ, ਤੀਜਾ ਸੂਆ ਸੁਣਦੀ ਆ, ਮੁੱਠੀ ਵਾਲਾ ਥਾਣਾ ਜਮਾਂ, ਕਿਆ ਪਤਾ ਲੇਵਾ ਦੇਖੋ, ਕਿਆ ਪਤਾ ਚਾਰੇ ਨਿਖਣ ਵੀ ਵਿੱਚੀ 'ਤੇ। ਅਤੇ ਅੱਗੇ ਬਾਈ ਜੀ ਦੇਖੀ ਜਾਂਦਾ ਜਿਹੜੀ ਆਪਾਂ ਦੂਜੀ ਬੈੜ ਕਾਲੀ, ਇਹ ਕਿਹੜਾ ਸੂਆ ਸੁਣਦੀ ਹੈ? ਕੈ ਦਿਨ ਲੈਂਦੀ ਹੈ ਇਹ? ਹਫ਼ਤਾ ਵੀ ਲਿਜਾ ਸਕਦੀ ਹੈ, 2 ਦਿਨ ਪਹਿਲਾਂ ਜਾਣੀ ਦੀ, ਆਪਣੇ ਕੋਲ ਆਈਆਂ ਹੀ ਆਪਣੇ ਐਵੇਂ ਕਹਿ ਦੀ ਘਰੇ ਆਪਣੀਆਂ ਕੋਈ ਨਹੀਂ ਪਾਲੀਆਂ, ਆਹ ਬਾਕੀ ਮਾਲ ਘਰ ਦਾ ਕਰਦੇ, ਠੀਕ ਹੈ। ਕਿੰਨਾ ਦੁੱਧ ਮੰਨ ਕੇ ਲਿਆਵੇ ਬੰਦਾ ਇਹਨੂੰ? ਦੁੱਧ ਉਹਨਾਂ ਨੇ 15-16 ਕਿਲੋ ਕਿਹਾ ਸੀ, ਦੇ ਦਿਓ ਵੀ ਪਲੂਣ ਦਾ ਚੋਇਆ ਵਾ। ਹਾਂ, ਪਲੂਣ ਦਾ ਐਰਜੀ ਦਾ ਵੱਧ ਵੀ ਦੇ ਸਕਦੀ ਹੈ ਜਿਵੇਂ ਸੇਵਾ ਕਰੂਗਾ। 16 ਕੁ ਮੰਨ ਕੇ ਲੈ ਲਏ ਬੰਦਾ? ਸੋ 16 ਕਿਲੋ ਦੁੱਧ ਮੰਨ ਕੇ ਲੈ ਸਕਦੇ, ਹਫ਼ਤਾ ਬਾਕੀ ਆ, ਪਲਾਂਜਾ ਪਲੂੰਜਾ ਬਹੁਤ ਆ, ਕਾਲੇ ਰੰਗ ਦੀ ਕਰੋਸ ਬੈੜ ਆ ਗਈ, ਦੂਜਾ ਸੂਆ ਸੁਣਦੀ ਹੈ, ਇਹਦਾ ਮੁੱਲ ਵੀ ਯਾਰ ਕੀ ਰੱਖਿਆ ਆਪਾਂ? ਇਹਦਾ ਮੁੱਲ ਬਾਈ ਭਾਵੇਂ 65 ਕਰਾ ਲਾ, ਵੀ ਆਪਾਂ ਐਵੇਂ 65 ਮੰਗ ਲਈਏ, 70 ਮੰਗ ਲਈਏ, ਇਹਦਾ ਲੈਣ ਦੇਣ ਵਾਲਾ 60,000 ਰੁਪਈਆ ਇਹ 'ਚੋਂ ਵੀ ਖੁੱਲ੍ਹੀ ਛੋੜ ਹੋ ਜੂਗੀ, ਠੀਕ ਹੈ, 60,000 ਦੇ ਵਿੱਚੋਂ ਵੀ ਖੁੱਲ੍ਹੀ ਛੋੜ ਹੋ ਜੂਗੀ। ਅਤੇ ਕਾਲੇ ਰੰਗ ਦੀ ਵਿਹੜਾ, 16 ਕਿਲੋ ਦੀ ਇਹਦੀ ਐਵਰੇਜ ਰਹੂ ਦੁੱਧ ਦੀ, ਅਤੇ ਥਾਣ ਸੋਹਣਾ, ਪਲਾਂਜਾ ਪਲੂੰਜਾ ਦੇਖੋ ਸਾਫ਼ ਸੁਥਰਾ, ਮਖਿਆ ਵਾਲੀ ਥੱਲੇ ਡੂਬਣਾ ਜਮਾਂ, ਦੇਖੋ ਬਾਕੀ ਢਿੱਲਾ ਢੁੱਲਾ ਫੇਰੀਆਂ ਲੇਵਾ ਇਹਨੇ ਬਹੁਤ ਬਣਾਉਣਾ, ਠੀਕ ਹੈ, ਜਿਵੇਂ ਆਪਾਂ ਕਹਿ ਦਈਏ ਸਾਰਾ ਆਹ ਲੇਵਾ ਇਹਨੇ ਬਣਾ ਨਾਲ ਕੱਢਣੀ ਹੈ, ਠੀਕ ਹੈ। ਅਤੇ ਨੰਬਰ ਦੁਬਾਰੇ ਬੋਲੋ ਜੀ ਆਪਣਾ। 98143-8851, ਠੀਕ ਹੈ। 2 ਨਾਗ ਆਪਣੇ ਕੋਲ ਪਕਾਊਗਾ, ਪਿੰਡ ਬਦਨੀ ਖੁਰਦ, ਜ਼ਿਲ੍ਹਾ ਮੋਗਾ, ਜ਼ਿਲ੍ਹਾ ਮੋਗਾ ਜੀ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ